ਹਾਂਜੀ ਆਜੋ ਦਿਖਾਈ ਦੇ ਤੁਹਾਨੂੰ ਹਮਰ H54 ਮੈਂ ਤਿਆਰ ਕੀਤਾ ਕਿ ਜਿਹੜਾ H1 ਇਹ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਪ੍ਰਾਈਵੇਟ ਕਰਮੀ ਵਾਲਾ ਤੇ ਇਹ ਜਿਹੜਾ H1 ਆ ਇਹ ਪ੍ਰਾਈਵੇਟ ਆ ਤੇ ਸਪੈਸ਼ਲ ਦੇ ਵਿੱਚ ਇਹ ਆ ਵੀ ਇਹ ਜਿਹੜਾ H1 ਆ ਇਹ 500 ਪਲੱਸ ਹORS ਪਾਵਰ ਆ ਜਿਹੜਾ ਕਿ ਸਟੈਂਡਰਡ ਦੀ ਹORS ਪਾਵਰ ਇਹਦੀ 100 150 200 ਹੁੰਦੀ ਆ ਤੇ ਇਹ ਜਿਹੜਾ ਹੈਗਾ ਇਹਦੇ ਵਿੱਚ ਡਿਊਰਾਮੈਕਸ ਡੀਜ਼ਲ ਜਿਹੜਾ ਇੰਜਨ ਪਿਆ ਵਾ ਤੇ ਜਿੱਦੜ ਹੀ ਜਾਂਦਾ ਇਹ ਬੱਕ ਦਾ ਹੀ ਫਰਦਾ ਮਤਲਬ ਕਹਿ ਲਓ ਵੀ ਟੂ ਮੱਚ ਪਾਵਰ ਇਹਦੇ ਵਿੱਚ ਤੇ ਇਹ ਮੈਂ ਮਤਲਬ ਕੀ ਸਪੈਸ਼ਲ ਆਪਣੇ ਵਾਸਤੇ ਤਿਆਰ ਕਰਵਾਇਆ ਤੇ ਇਹਨੂੰ ਸੈਂਡ ਤੇ ਲੈ ਜਾਓ ਸੈਂਡ 'ਚ ਬੜਾ ਫਾਨਾ ਇਹਦੇ ਨਾਲ ਤੋਜਨ ਪਾਲੋ ਕੁ ਚੀਜ਼ ਖਿੱਚਣੀ ਆ ਇਹ 'ਚ ਜਾਨ ਬਹੁਤ ਜ਼ਿਆਦਾ ਮਤਲਬ ਮੂਲੀ ਵਾਂਗੂ ਪੜ ਦਿੰਦਾ ਇਹ ਕੋਈ ਚੀਜ਼ ਫਸੀ ਹੋਵੇ ਤੁਹਾਨੂੰ ਤੇ ਇਹਦਾ ਪਹਿਲਾ ਰੰਗ ਬਲੈਕ ਸੀ ਜਦੋਂ ਮੈਂ ਲਿਆ ਸੀ ਤੇ ਉਦੋਂ ਮਤਲਬ ਕੀ ਇਹਨੂੰ ਫਿਰ ਮੈਂ ਇਹ ਅਰੀਜਨਲ ਰੰਗ ਕਰਵਾਇਆ ਜਿਹੜਾ ਕਿ ਲਾਲ ਇਹ ਜਿਹੜੀਆਂ ਗੱਡੀਆਂ ਨੇ ਅਮਰੀਕਾ ਦੇ ਵਿੱਚ ਹੀ ਜ਼ਿਆਦਾ ਮਿਲਦੀਆਂ ਨੇ ਹੋਰ ਕੰਟਰੀ ਚ ਨਹੀਂ ਤੇ ਇਹਦੀ ਖਾਸੀਅਤ ਇਹ ਆ ਕਿ ਇਹ ਮਤਲਬ ਇਹਦੀ ਜਿਹੜੀ ਸੈਂਟਰ ਗ੍ਰੈਵਿਟੀ ਬਹੁਤ ਜ਼ਿਆਦਾ ਹੈ ਇਸ ਦੀ ਪਲਟਦਾ ਨਹੀਂਗਾ ਇਹ ਕਿਤੇ ਮਰਜ਼ੀ ਤੁਸੀਂ ਇਹਨੂੰ ਆਫ ਰੋਡਿੰਗ ਮਤਲਬ ਕਿ 4x4 ਬੀਸਟ ਕਹ ਲਓ ਤੁਸੀਂ ਇਹਨੂੰ ਇਹ 4x4 ਬੀਸਟ ਆ ਜਿਵੇਂ ਕਹ ਲਓ ਤੁਸੀਂ ਤੇ ਜਿੰਨਾ ਮਰਜ਼ੀ ਟੇਢੇ ਐਂਗਲ ਤੇ ਲੈ ਜਾਓ ਇਹ ਛੇਦੀ ਇਹ ਪਲਟਦਾ ਨਹੀਂਗਾ ਇਹਦੀ ਖਾਸੀਅਤਾਂ ਇਹਨੂੰ ਆਰਮੀ ਜਿਹੜੀ ਆਪਣੀ ਅਮਰੀਕਨ ਆਰਮੀ ਨੂੰ ਯੂਜ਼ ਕਰ ਦਿਆ ਤੇ ਮੈਂ ਇਹਨੂੰ ਆਪਣੇ ਤਰੀਕੇ ਨਾਲ ਜਾਨੀ ਤਿਆਰ ਕੀਤਾ ਜੋ ਲਿਆ ਸੀ ਇਹ ਬਲੈਕ ਸੀਗਾ ਤੇ ਇਹਦਾ ਇੰਟੀਰੀਅਰ ਵੀ ਬਿਲਕੁਲ ਲੱਗਿਆ ਨਹੀਂ ਸੀ ਤੇ ਆ ਦੇਖੋ ਤੁਹਾਨੂੰ ਇਹਦਾ 0 ਤੋਂ 60 ਮਾਈਲ ਪ੍ਰਾਵਰ ਦਿਖਾਉਣੇ ਆ ਦੀ ਸੀ ਪਾਵਰ ਮਤਲਬ ਕੀ ਇਹ 0 ਤੋਂ 60 ਆਲਮੋਸਟ 6-7 ਸੈਕਿੰਡ ਦੇ ਵਿੱਚ ਚੱਲ ਜਾਂਦਾ ਇਹਦਾ ਸਾਰਾ ਇੰਟੀਰੀਅਰ ਆਪਾਂ ਖੁਦ ਡਿਜ਼ਾਈਨ ਕਰਵਾਇਆ ਅੰਦਰ ਦੇਖੋ ਕਿੰਨੀ ਜਗ੍ਹਾ ਦੇ ਵਿੱਚ ਪੈਸੇਂਜਰ ਤੇ ਡਰਾਈਵਰ ਦੇ ਵਿਚਾਲੇ ਬਹੁਤ ਰੂਮ ਆ ਤੇ ਰੈੱਡ ਤੇ ਬਲੈਕ ਜਿਵੇਂ ਮੈਂ ਆਪਣੀ ਚੋਇਸ ਦੇ ਨਾਲ ਇੰਟੀਰੀਅਰ ਇਹਦਾ ਡਿਜ਼ਾਈਨ ਕਰਵਾਇਆ ਸੀ ਕੰਪਲੀਟਲੀ ਮਤਲਬ ਕਸਟਮ ਅੰਦਰੋਂ ਇਹ ਕੀਤਾ ਸੀਗਾ ਨਾਰਮਲੀ ਇਹ ਅੰਦਰੋਂ ਬੜਾ ਸਿੰਪਲ ਹੁੰਦਾ ਬੂਫਰ ਲੱਗੇ ਆ ਇਹਨੂੰ ਦੋ ਤੇ ਸੀਟਾਂ ਸਾਰੀਆਂ ਇਹਦੀਆਂ ਜੋ ਵੀ ਪੋਸਟਰੀਆ ਉਹ ਬ੍ਰੈਂਡ ਨਿਊ ਹੈ ਇਹਦੀ ਤੇ ਬੜਾ ਵਧੀਆ ਅੰਦਰੋਂ ਕੰਫਰਟੇਬਲ ਫੀਲ ਹੋਣਾ ਤੁਹਾਨੂੰ ਬਹਿ ਕੇ ਅੰਦਰ ਇਹਦੇ ਏਸੀ ਯੂਨਿਟ ਵੀ ਨਵਾਂ ਲਾਇਆ ਸੀ ਇਹਦਾ ਤੇ ਸਾਰਾ ਜਿਵੇਂ ਡੈਸ਼ ਤੇ ਆ ਮਤਲਬ ਇਹਦਾ ਰੀਡਿਜ਼ਾਈਨ ਕੀਤਾ ਸੀਗਾ ਸੋਨੀ ਦਾ ਆਪਾ ਐਪਲ ਪਲੇ ਵਾਲਾ ਸਟੀਰੀਓ ਸਿਸਟਮ ਲਾਇਆ ਇਹਦੇ ਵਿੱਚ ਤੇ ਜਿਹੜੀ ਇਹ ਗੱਡੀ ਆ ਮਤਲਬ ਕੀ ਤੁਹਾਨੂੰ ਬਹਿ ਕੇ ਇਹਦੀ ਫੀਲ ਆਉਂਦੀ ਆ ਉਹ ਆਮ ਗੱਡੀ ਜ ਨਹੀਂ ਆ ਸਕਦੀ ਜਿਹੜਾ ਹਮਰ H1 ਇਹਦੀ ਇੱਕ ਜਿਹੜੀ ਆ ਕਲਾਸ ਆ ਜਿਹੜੀ ਇਹ ਡਿਫਰੈਂਟ ਕਲਾਸ ਆ ਆਮ ਗੱਡੀਆਂ ਨਾਲੋਂ ਇਹ ਤੁਹਾਨੂੰ ਜੇ ਬਹਿ ਕੇ ਹੀ ਪਤਾ ਲੱਗਦਾ ਵਾ ਇਹ ਹਮਰ ਗਰੁੱਪ ਦੀ ਇੱਕ ਵੀਡੀਓ ਸੀ ਜਿੱਥੇ ਇਕੱਠੇ ਲੈ ਕੇ ਜਾਂਦੇ ਹਾਲੀਵੁੱਡ ਦੇ ਵਿੱਚ ਅਮਰ ਉੱਥੋਂ ਦੀ ਵੀਡੀਓ ਹੈ ਤੇ ਹੋਰ ਵੀ ਅਮਰ ਖੜੇ ਆ ਮੇਰਾ ਇਹ ਦੂ ਪੁਰਾਣਾ ਹਮਰ ਜਿਹੜਾ ਮੈਂ ਪਹਿਲਾਂ ਬਣਾਇਆ ਸੀਗਾ ਇਹ ਉਹ ਖੜਾ ਵਾ ਲਾਈਟ ਕਰੀਮ ਰੰਗ ਦਾ ਕਰੀਮ ਰੰਗ ਦਾ ਜਿਹੜਾ ਤੇ ਇਹ ਚੀਮ ਬੈਠ ਕੇ ਰਾਈਡ ਕੀਤਾ ਫੇਰ ਦੁਬਾਰਾ ਇਹ ਬੰਦੇ ਨੂੰ ਮੈਂ ਬੇਚਦਾ ਸੀਗਾ ਤੇ ਬੜਾ ਖੁਸ਼ ਹੋਇਆ ਗੋਰਾ ਉਹ ਮੈਨੂੰ ਲੈ ਕੇ ਤੇ ਹਮਰ ਜਿਹੜਾ ਗੱਡੀ ਆ ਇਹ ਯੂਨੀਕ ਗੱਡੀ ਆ ਇਹਦੇ ਵਾਰੀ ਗੱਡੀ ਮਤਲਬ ਕਿ ਆਮ ਦੁਨੀਆ ਤੇ ਨਹੀਂ ਹੈਗੀ ਇੱਕ ਲੈਜੈਂਡਰੀ ਮਤਲਬ ਆਰਮੀ ਦੀ ਜੈਜਰੀ ਗੱਡੀ ਆ ਅਮਰੀਕਾ ਦਾ ਇੱਕ ਆਈਕਨ ਗੱਡੀ ਆ ਤੇ ਇਸ ਕਰਕੇ ਮੈਂ ਰੱਖੀ ਆ ਜੀਨੂੰ ਕੋਈ ਮਤਲਬ ਇਰ ਕੁਐਸਚਨ ਹੋਵੇ ਕਮੈਂਟ ਕਰਿਓ ਮੈਂ ਜਵਾਬ ਦਊਗਾ ਪਰ ਗੱਡੀ ਦੀ ਇੱਕ ਜਿਹੜੀ ਕਲਾਸ ਆ ਉਹ ਮਤਲਬ ਆਊਟ ਆਫ ਥਿਸ ਵਰਲਡ ਆ ਥੈਂਕ ਯੂ ਤੁਸੀਂ ਤਾਂ ਬੈਕ ਜਾਣੀ